इस जंग नूं जितण लई अज साडे किसान परिवार दे बच्चे बच्चे दे हिरदे विच साडे अपने सारयां दे हिरदे विच परमात्मा अगे अरदास है कि इस जंग नूं असीं जितना है। ते आओ आपां सिख इतिहास दे विचों अरदास दी महत्ता बीबी हरमीत कोलों सुणदे हां कि किवें जदों भाई लाल सिंह जी अपनी ढाल नूं लैके साहिब श्री गुरु गोबिंद सिंह जी दे दरबार दे विच हाजिर होए सी ते उन्होंने अरदास कीती ते उन्हां दी अरदास किवें प्रवान होई उसे तरह अपनी अरदास भी प्रवान होएगी। आओ आपां सरवण करदे हां जी अरदास दी महत्ता। वाहिगुरु जी का खालसा वाहिगुरु जी की फतेह। ਅੱਸੂ ਦਾ ਮਹੀਨਾ ਆ ਤੇ ਵੇਲਾ ਆ ਸਵੇਰ ਦਾ। ਅੱਸੂ ਦਾ ਮਹੀਨਾ ਆ ਤੇ ਵੇਲਾ ਆ ਸਵੇਰ ਦਾ। ਕੋਈ ਪੜੇ ਬਾਣੀ ਕੋਈ ਮਾਲਾ ਪਿਆ ਫੇਰਦਾ। ਰਾਗੀ ਸਿੰਘ ਰਾਗਾਂ ਨਾਲ ਹੇਕਾਂ ਪਏ ਲਾਉਂਦੇ ਆ। ਗੁਰੂ ਦੇ ਪਿਆਰੇ ਗੁਰਬਾਣੀ ਪਏ ਗਾਉਂਦੇ ਆ। ਸੁਬਾ ਦਾ ਦੀਵਾਨ ਹੈ ਤੇ ਭੋਗ ਹਾਲੇ ਪਾਇਆ ਨਹੀਂ। ਸੁਬਾ ਦਾ ਦੀਵਾਨ ਹੈ ਤੇ ਭੋਗ ਹਾਲੇ ਪਾਇਆ ਨਹੀਂ। ਭਾਈ ਹੋਰਾਂ ਹਾਲੇ ਪ੍ਰਸ਼ਾਦ ਵਰਤਾਇਆ ਨਹੀਂ। ਬੱਚੇ ਪਏ ਉਡੀਕਦੇ ਆ ਭੋਗ ਕਦੋਂ ਪਊਗਾ। ਬਾਬਾ ਸਾਨੂੰ ਕੜਾ ਪ੍ਰਸ਼ਾਦ ਕਦੋਂ ਦਊਗਾ। ਇੰਨੇ ਨੂੰ ਦੀਵਾਨ ਵਿੱਚ ਬੰਦਾ ਇੱਕ ਆਇਆ ਏ ਤੇ 6-7 ਬੰਦੇ ਨਾਲ ਆਪਣੇ ਲਿਆਇਆ ਏ। ਨਵੇਂ ਨਵੇਂ ਲੀੜੇ ਉਹਦੇ ਸਾਥੀਆਂ ਨੇ ਪਾਇਆ। ਗੁਰੂ ਦਰਬਾਰ 'ਚ ਸੁਗਾਤਾਂ ਲੈ ਕੇ ਆਏ ਆ। ਗੁਰੂ ਦਰਬਾਰ 'ਚ ਸੁਗਾਤਾਂ ਲੈ ਕੇ ਆਏ ਆ। ਤੋਰ ਉਹਦਾ ਦੱਸਦਾ ਆ ਬੰਦਾ ਕੋਈ ਖਾਸ ਵਾ। ਉਹਦੀ ਤੋਤੇ ਰੰਗੀ ਪੱਗ ਵਾ ਤੇ ਰੇਸ਼ਮੀ ਲਿਬਾਸ ਵਾ। ਗਲ ਵਿੱਚ ਕੈਂਠੇ ਦੇ ਝਲਕਾਰੇ ਪਏ ਪੈਂਦੇ ਆ ਤੇ ਪਿੰਡ ਵਿੱਚ ਲੋਕ ਉਹਨੂੰ ਲਾਲ ਸਿੰਘ ਕਹਿੰਦੇ ਆ। ਲਾਲ ਸਿੰਘ ਚੱਲ ਕੇ ਦੀਵਾਨ ਵਿੱਚ ਆਇਆ ਏ ਤੇ ਨਾਲ ਉਹ ਆਪਣੀ ਢਾਲ ਵੀ ਲਿਆਇਆ ਏ। ਦੇਖ ਦੇਖ ਉਹਦੀ ਪੰਡ ਨੂੰ ਹੈਰਾਨ ਹਰ ਜੀ ਹੈ ਕਿ ਇਹਦੀ ਖੇਸ ਵਿੱਚ ਬੰਨੀ ਹੋਈ ਪੰਡ ਵਿੱਚ ਕੀ ਹੈ। ਕਿਸੇ ਵੀ ਨਾ ਬੁੱਝਿਆ ਅਜੀਬ ਇਹ ਸਵਾਲ ਹੈ ਕਿ ਲਾਲ ਸਿੰਘ ਖੇਸ 'ਚ ਲਪੇਟੀ ਹੋਈ ਢਾਲ ਹੈ। ਗਲ ਵਿੱਚ ਪੱਲਾ ਪਾ ਕੇ ਲਾਲ ਸਿੰਘ ਆਖਿਆ ਜੱਗ ਦਿਆ ਵਾਲੀਆ ਤੇ ਦੁਖੀਆਂ ਦਿਆ ਰੱਖਿਆ। ਬੜੀ ਦੂਰੋਂ ਚੱਲ ਮੈਂ ਆਨੰਦਪੁਰ ਆਇਆ ਹਾਂ ਤੇ ਆਪ ਲਈ ਸੁਗਾਤ ਇੱਕ ਢਾਲ ਮੈਂ ਲਿਆਇਆ ਹਾਂ। ਦਾਤਾ ਕਰਾਂ ਕੀ ਬਿਆਨ ਮੈਂ ਪਕਿਆਈ ਇਸ ਢਾਲ ਦੀ। ਕਿਸੇ ਨੀ ਬਣਾਈ ਅਜੇ ਢਾਲ ਇਹਦੇ ਨਾਲ ਦੀ। ਇਹਦੇ ਵਿੱਚ ਛੇਕ ਭਲਾ ਗੋਲੀਆਂ ਕੀ ਪਾਉਣੇ ਆ। ਤੀਰ ਤਲਵਾਰ ਇਹਦੇ ਸਾਹਮਣੇ ਖਡਾਉਣੇ ਆ। ਆਪ ਦੇ ਆ ਸਿੱਖਾਂ ਕੋਲ ਜਿੰਨੇ ਵੀ ਹਥਿਆਰ ਨੇ ਮੇਰੀ ਢਾਲ ਸਾਹਮਣੇ ਤਾਂ ਸਾਰੀ ਬੇਕਾਰ ਨੇ। ਇੰਨੀਆਂ ਮੁਲਾਇਮ ਇੱਥੇ ਮੱਖੀ ਵੀ ਨਾ ਬਹਿੰਦੀਏ। ਵੱਜਦੀਏ ਜੇ ਗੋਲੀ ਤੇ ਉਹ ਜਾ ਕੇ ਪੈਂਦੀਏ। ਲਾਲ ਸਿੰਘ ਮਾਣ ਨਾਲ ਛਾਤੀ ਜਿਹੀ ਤਾਣ ਕੇ ਟੋਰ ਦੱਸੀ ਜਾਂਦਾ ਸੀ ਹੰਕਾਰ ਵਿੱਚ ਆਣ ਕੇ। ਗੱਲਾਂ ਰਹੇ ਸੁਣਦੇ ਦਾਤਾਰ ਨੇ ਵੀ ਪਾਣ ਕੇ ਕਹਿਣ ਲੱਗੇ ਭਾਈ ਸਿੱਖਾ ਗੱਲ ਤੇਰੀ ਠੀਕ ਵਾ। ਤੂੰ ਜੋ ਵੀ ਕੁਝ ਆਖੀ ਜਾਂਦਾ ਪੱਥਰ ਉੱਤੇ ਲੀਕ ਵਾ। ਮੰਨਦੇ ਆ ਲਾਲ ਸਿੰਘਾ ਗੱਲ ਤੇਰੀ ਸੱਚੀ ਆ। ਅਸੀਂ ਕਦੋਂ ਆਖਦੇ ਹਾਂ ਢਾਲ ਤੇਰੀ ਕੱਚੀ ਆ। ਪਰ ਚੰਨਾ ਹਰ ਹਥਿਆਰ ਇੱਥੇ ਪਹਿਲਾਂ ਅਜ਼ਮਾਈਦਾ ਫਿਰ ਉਹਨੂੰ ਜੰਗ ਦੇ ਮੈਦਾਨ 'ਚ ਲਜਾਈਦਾ। ਕੱਲ੍ਹ ਨੂੰ ਇੱਕ ਚੰਗੀ ਜਿਹੀ ਬੰਦੂਕ ਮੰਗਵਾਵਾਂਗੇ ਫਿਰ ਇਹ ਤੇਰੀ ਢਾਲ ਅਜ਼ਮਾਵਾਂਗੇ। ਸਾਡੇ ਵੀ ਬੰਦੂਕ ਦੀ ਨਾ ਗੋਲੀ ਕਿਸੇ ਡੱਕੀ ਆ। ਵੇਖ ਲਾਂਗੇ ਢਾਲ ਤੇਰੀ ਕੱਚੀ ਆ ਕਿ ਪੱਕੀ ਆ। ਗੱਲ ਸੁਣ ਲਾਲ ਸਿੰਘ ਸੋਚਾਂ ਵਿੱਚ ਪੈ ਗਿਆ। ਚੜਿਆ ਗਰੂਰ ਦਾ ਸਰੂਰ ਸਾਰਾ ਲੈ ਗਿਆ। ਸੋਚੇ ਮਨਾ ਮੂਰਖਾ ਤੂੰ ਚੰਨ ਕੀ ਚੜਾ ਲਿਆ। ਹੋ ਕੇ ਟਟਹਿਣਾ ਮੱਥਾ ਸੂਰਜ ਨਾ ਲਾ ਲਿਆ। ਉਹਦੀ ਗੋਲੀ ਚਾਹਵੇ ਤੇ ਛਾਤੀ ਵਿੰਨ ਦੇ ਪਤਾਲ ਦੀ। ਉਹਦੇ ਮੂਹਰੇ ਕੀ ਆ ਮਜਾਲ ਤੇਰੀ ਢਾਲ ਦੀ। ਸੋਚਾਂ ਵਿੱਚ ਦਿਲ ਉਹਦਾ ਜਾਂਦਾ ਹੈ ਸੀ ਦੱਬਦਾ। ਸੋਚਾਂ ਵਿੱਚ ਦਿਲ ਉਹਦਾ ਜਾਂਦਾ ਹੈ ਸੀ ਦੱਬਦਾ। ਭਲਾ ਕੀ ਮੁਕਾਬਲਾ ਬੰਦੇ ਅਤੇ ਰੱਬ ਦਾ। ਇੱਦਾਂ ਜਦੋਂ ਮਾਣ ਦਾ ਮਨਾਰਾ ਉਹਦਾ ਢਹਿ ਗਿਆ। ਲੰਘ ਗਿਆ ਦੁਪਹਿਰਾ ਤੇ ਦਿਨ ਢਾਲੇ ਪੈ ਗਿਆ। ਸ਼ਾਮ ਨੂੰ ਪਿਆਰ ਨਾਲ ਕਰੀ ਰਹਿ ਰਾਸ ਹੈ। ਗਲ ਵਿੱਚ ਪੱਲਾ ਪਾ ਕੇ ਕੀਤੀ ਅਰਦਾਸ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਦਿਲ ਤੋਂ ਹੰਕਾਰ ਵਾਲੀ ਮੈਲ ਸਾਰੀ ਧੋ ਕੇ ਕਹਿਣ ਲੱਗਾ ਦਾਤਾ ਸਾਰੇ ਜੱਗ ਦੇ ਆ ਵਾਲੀਆ। ਤੇਰਾ ਲਾਲ ਸਿੰਘ ਤੇਰੇ ਦਰ ਦਾ ਸਵਾਲੀਆ। ਸੇਵਕਾਂ ਤੇ ਰੱਖਦੈ ਤੂੰ ਰਹਿਮਤਾਂ ਦੀ ਛਾਏ। ਮਾਣ ਤੂੰ ਨਮਾਣੇ ਦਾ ਨਥਾਵਿਆਂ ਦੀ ਥਾਏ। ਬਣੇ ਜੋ ਨਮਾਣਾ ਉਹਦਾ ਦਿਲ ਨਹੀਂ ਤੂੰ ਤੋੜਦਾ। ਦਰ ਉੱਤੇ ਆਇਆ ਤਾਂ ਹੀ ਖਾਲੀ ਵੀ ਨਹੀਂ ਮੋੜਦਾ। ਤੇਰੇ ਅੱਗੇ ਬੇਨਤੀ ਦਾ ਤਾਰ ਤੇਰੇ ਸਿੱਖ ਦੀ। ਕੱਲ੍ਹ ਨੂੰ ਨਾ ਹੋਵੇ ਪਰਖ ਵੇਲੇ ਹਾਰ ਤੇਰੇ ਸਿੱਖ ਦੀ। ਕਰੀ ਜਾਵੇ ਪਾਠ ਨਾਲੇ ਦਿਲ ਡਰੀ ਜਾਂਦਾ ਸੀ। ਮੰਜੇ ਉੱਤੇ ਪਿਆ ਹੀ ਅਰਦਾਸਾਂ ਕਰੀ ਜਾਂਦਾ ਸੀ। ਏਦਾਂ ਲਾਲ ਸਿੰਘ ਨੇ ਬਿਤਾਇਆ ਸਮਾਂ ਰਾਤ ਦਾ ਤੇ ਗੁਰਾਂ ਨੇ ਸਜਾਇਆ ਏ ਦੀਵਾਨ ਪ੍ਰਭਾਤ ਦਾ। ਲਾਲ ਸਿੰਘ ਚੱਲ ਕੇ ਦੀਵਾਨ ਵਿੱਚ ਆਇਆ ਏ ਤੇ ਨਾਲ ਉਹ ਆਪਣੀ ਢਾਲ ਵੀ ਲਿਆਇਆ ਏ। ਰੰਗ ਜੋ ਹੰਕਾਰ ਦਾ ਸੀ ਉਹਦੇ ਦਿਲ ਉੱਤੋਂ ਲੈ ਗਿਆ। ਲਾਲ ਸਿੰਘ ਦੀਵਾਨ ਵਿੱਚ ਢਾਲ ਸਣੇ ਬਹਿ ਗਿਆ। ਫਿਰ ਮਾਣਿਆ ਆਨੰਦ ਉਸ ਇਲਾਹੀ ਦਰਬਾਰ ਦਾ। ਭੋਗ ਪੈ ਗਿਆ ਜਦੋਂ ਆਸਾ ਜੀ ਦੀ ਵਾਰ ਦਾ। ਫਿਰ ਦਾਤਾਰ ਦੀ ਆਵਾਜ਼ ਇੱਦਾਂ ਆਈਏ ਲਿਆ ਲਾਲ ਸਿੰਘਾ ਤੇਰੀ ਢਾਲ ਅਜ਼ਮਾਈਏ।
ਕਈ ਪਏ ਆਖਦੇ ਸੀ ਲਾਲ ਸਿੰਘ ਵੀ ਛਦਾਈਆ ਕਰਨਾ ਹੰਕਾਰ ਭਲਾ ਕਿੱਥੋਂ ਦੀ ਦਿਨਾਈਆ ਕਈ ਪਏ ਆਖਦੇ ਸੀ ਅੱਜ ਪਤਾ ਲੱਗੂਗਾ ਇਹਦੀ ਧੌਣ ਜਦੋਂ ਭੱਜੂਗੀ ਇਹਦੇ ਕੰਨ ਮੁੱਢ ਗੋਲੀ ਜਦੋਂ ਠਾ ਆ ਕੇ ਵੱਜੂਗੀ ਮਾਣ ਵਿੱਚ ਮਣਕਾ ਭਨਾਉ ਜਦੋਂ ਧੌਣ ਦਾ ਆਊਗਾ ਸਵਾਦ ਮੱਥਾ ਗੁਰਾਂ ਨਾਲ ਲਾਉਣ ਦਾ ਇੰਨੇ ਨੂੰ ਅਚਨ ਚੇਤ ਸਭ ਚੁੱਪ ਚਾਪ ਹੋ ਗਿਆ ਲਾਲ ਸਿੰਘ ਢਾਲ ਅੱਗੇ ਤਾਣ ਕੇ ਖਲੋ ਗਿਆ ਢਾਲ ਪਿੱਛੇ ਨੈਣਾਂ ਵਿੱਚ ਨੀਰ ਭਰੀ ਜਾਂਦਾ ਸੀ ਮਿੱਟੀਆਂ ਸੀ ਅੱਖਾਂ 'ਤੇ ਅਰਦਾਸਾਂ ਕਰੀ ਜਾਂਦਾ ਸੀ ਇੰਨੇ ਨੂੰ ਬੰਦੂਕ ਗੁਰੂ ਦੇਵ ਨੇ ਉਠਾਈਏ ਲੈਣ ਲਈ ਨਿਸ਼ਾਨਾ ਉਹਨਾਂ ਮੋਢੇ ਨਾਲ ਲਾਈਏ ਕਾਹਦੀਏ ਬੰਦੂਕ ਮੰਨੋ ਰੂਪ ਨੀਰਾ ਕਾਲ ਦਾ ਤਿੰਨ ਵਾਰ ਗੁਰਾਂ ਨੇ ਨਿਸ਼ਾਨਾ ਲਿਆ ਢਾਲ ਦਾ ਚੌਥੀ ਵਾਰ ਉਹਨਾਂ ਨੇ ਰੀਝ ਪੂਰੀ ਲਾਈਏ ਪਰ ਢਾਲ ਉੱਤੇ ਗੋਲੀ ਉਹਨਾਂ ਅਜੇ ਵੀ ਨਾ ਚਲਾਈਏ ਕੁਝ ਸਿੱਖਾਂ ਕਿਹਾ ਲਾਗੇ ਹੋ ਕੇ ਦਾਤਾਰ ਦੇ ਦਾਤਾ ਢਾਲ ਉੱਤੇ ਤੁਸੀਂ ਗੋਲੀ ਕਿਉਂ ਨਹੀਂ ਮਾਰਦੇ ਦੇਖਣ ਨੂੰ ਬੰਦੂਕ ਉਂਝ ਤਾਂ ਬੜੀ ਸੋਹਣੀ ਆ ਚੱਲਦੀ ਨਹੀਂ ਜਿਹੜੀ ਖਰਾਬ ਹੋ ਗਈ ਹੋਣੀ ਆ ਹੌਲੀ ਜਿਹੀ ਹੱਸ ਕੇ ਦਾਤਾਰ ਅੱਗੋਂ ਕਿਹਾ ਏ ਸਿੱਖੋ ਢਾਲ ਦਾ ਨਿਸ਼ਾਨਾ ਮੈਂ ਤੇ ਚਾਰ ਵਾਰੀ ਲਿਆ ਏ ਗੋਲੀ ਕਿੱਥੇ ਮਾਰਾਂ ਮੈਂ ਤਾਂ ਹੈਰਾਨ ਹਾਂ ਸਵਾਲ ਤੇ ਨੌਵੇਂ ਪਾਤਸ਼ਾਹੀਆਂ ਹੱਥ ਰੱਖੇ ਹੋਇਆ ਢਾਲ ਤੇ ਢਾਲ ਪਿੱਛੇ ਲਾਲ ਸਿੰਘ ਨੇ ਨੈਣ ਭਰੇ ਹੋਇਆ ਤੇ ਢਾਲ ਮੂਹਰੇ ਗੁਰੂ ਦੇਵਾਂ ਹੱਥ ਧਰੇ ਹੋਇਆ ਸਿੱਖਾਂ ਤਾਂ ਹੀ ਕਿਹਾ ਇੱਦਾਂ ਗੁਰਾਂ ਦੇ ਵਾਲੀਏ ਸਿੱਖੋ ਢਾਲ ਉੱਤੇ ਗੋਲੀ ਜਿੰਨੀ ਥਾਂ ਵੀ ਨਾ ਖਾਲੀਏ ਦਿਲ ਵਿੱਚ ਹੋਇਆ ਜਦੋਂ ਨਿਮਰਤਾ ਦਾ ਵਾਸ ਹੈ ਹੋ ਗਈ ਕਬੂਲ ਸੱਚੇ ਸਿੱਖ ਦੀ ਅਰਦਾਸ ਹੈ ਨਾਲੇ ਗੁਰਬਾਣੀ ਵੀ ਤਾਂ ਇਹੀ ਫਰਮਾਉਂਦੀ ਏ ਸੱਚੀ ਅਰਦਾਸ ਕਦੇ ਬਿਰਥੀ ਨਾ ਜਾਂਦੀ ਏ ਦਾਤੇ ਨੂੰ ਤੇ ਚਾਹ ਰਹਿੰਦੇ ਦਾਤਾਂ ਵਰਤਾਉਣ ਦਾ ਸਾਨੂੰ ਨੀ ਤਰੀਕਾਂ ਦਾ ਝੋਲੀਆਂ ਫਲਾਉਣ ਦਾ ਚਮਨ ਇਸ ਦਰ ਉੱਤੇ ਪੈਂਦੀਆਂ ਨੇ ਪੂਰੀਆਂ ਕਰੋ ਅਰਦਾਸਾਂ ਆਸਾਂ ਰਹਿਣ ਨਾ ਅਧੂਰੀਆਂ ਕਰੋ ਅਰਦਾਸਾਂ ਆਸਾਂ ਰਹਿਣ ਨਾ ਅਧੂਰੀਆਂ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ।